ਫਾਜ਼ਿਲਕਾ ਵਿੱਚ 6ਵੀਂ ਜਮਾਤ ਦੀ 12 ਸਾਲ ਦੀ ਇੱਕ ਵਿਦਿਆਰਥਣ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੂੰ ਫਾਜ਼ਿਲਕਾ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਤੇ ਪੀੜਤ ਵਿਦਿਆਰਥਣ ਦੀ ਮਾਤਾ ਦਾ ਕਹਿਣਾ ਹੈ ਕਿ ਬੀਤੀ ਰਾਤ ਉਸ ਦੀ ਲੜਕੀ ਘਰ ਅੰਦਰ ਸੌ ਰਹੀ ਸੀ। ਇਸੇ ਦੌਰਾਨ ਘਰ ਨੇੜੇ ਰਹਿੰਦੇ ਦੋ ਲੜਕੇ ਉਹਨਾਂ ਦੇ ਘਰ ਅੰਦਰ ਦਾਖਲ ਹੋ ਗਏ ਤੇ ਲੜਕੀ ਨਾਲ ਜ਼ਬਰਦਸਤੀ ਕੀਤੀ ਹੈ। ਜੀ ਬੱਚੀ ਛੋਟੀ ਹੈ ਜੀ, 12 ਸਾਲਾਂ ਦੀ ਹੈ ਜੀ, ਸਕੂਲ ਵਿੱਚ ਪੜ੍ਹਦੀ ਹੈ ਛੇਵੀਂ ਜੀ। ਗੁਆਂਢੀ ਹੈ ਜਿਹੜੇ ਸਾਡੇ ਇੱਥੇ ਬੱਚੀ ਨਾਲ ਜੀ ਬਲਾਤਕਾਰ ਕੀਤਾ ਹੈ। ਅਸੀਂ ਜੋ ਸਰਕਾਰੀ ਹੋਸਪਿਟਲ ਲੈ ਕੇ ਆਏ ਹਾਂ ਬੱਚਿਆਂ ਨੂੰ ਜੀ ਦਾਖਲ ਕਰੇ ਜੀ, ਸਾਨੂੰ ਇਨਸਾਫ ਚਾਹੀਦੇ ਸਰਕਾਰ। ਸਾਨੂੰ ਦੂਜਣੀ ਸੀ ਜੀ, ਸਾਡੇ ਗੁਆਂਢੀ ਹੈ ਜੀ। ਰਾਤ ਦਾ ਟਾਈਮ ਸੀ ਜੀ, ਰਾਤ ਨੂੰ ਘਰ ਅਸੀਂ ਬੱਚੇ ਘਰ 'ਚ ਦਾਖਲ ਹੋਏ ਨੇ ਜੀ ਦੋਨੋਂ ਜਣੇ। ਬਹੁਤ ਮਾੜੇ ਹਾਲ ਹੈ ਜੀ ਬੱਚੇ ਦੇ ਜੀ। ਆਉਂਦੇ ਜਾਂਦੇ ਸੀ ਸਾਡੇ ਘਰ ਭੈਣਾਂ ਭਰਾਵਾਂ ਤਰ੍ਹਾਂ ਜੀ, ਸਾਨੂੰ ਵੀ ਪਤਾ ਸੀ ਕਿ ਇਹਨਾਂ ਨੇ ਇਹ ਕੁਛ ਕਰਨਾ ਸਾਡੇ ਨਾਲ। ਗੁਆਂਢ ਰਹਿੰਦੇ ਆ ਜੀ ਸਾਡੇ, ਲੜਕੀ ਸੁੱਤੀ ਪਈ ਸੀ ਜੀ ਛੋਟੀ, ਜਦੋਂ ਭੱਜਿਆ ਨਾ ਘਰੋਂ ਜੀ ਉਦੋਂ ਪਤਾ ਲੱਗਿਆ ਜੀ। ਮੈਂ ਤਾਂ ਮੰਮੀ ਪਾਪਾ ਨੂੰ ਮੈਂ ਭੈਣਾਂ ਭਰਾਵਾਂ ਨੂੰ ਉਠਾਇਆ, ਮੈਂ ਗੁੱਲੋ ਗੁੱਡੀਆਂ ਨਾਲ ਗੱਲ ਹੋਈ ਹੈ ਜੀ ਦੋਸਤ ਤੋਂ। ਮੰਮੀ ਕਹਿੰਦੀ ਵੀ ਕੀ ਹੈ ਬੇਟਾ, ਮੈਂ ਕਿਹਾ ਮੰਮੀ ਆਹ ਗੱਲ ਹੋਈ ਹੈ ਜੀ। ਲੜਕੀ ਨੂੰ ਇਹ ਪਤਾ ਹੈ ਵੀ ਮੈਨੂੰ ਮੇਰੇ ਨਾਲ ਕੀ ਹੋਇਆ ਪਤਾ ਨਹੀਂ ਗਾ, ਵੀ ਮੇਰਾ ਸਰੀਰ ਸਾਰਾ ਉੱਠਿਆ ਪਿਆ ਜੀ ਸਾਰਾ। ਉੱਥੇ ਹੀ ਆਮ ਆਦਮੀ ਪਾਰਟੀ ਦੀ ਕੌਂਸਲਰ ਸ਼੍ਰੀਮਤੀ ਪੂਜਾ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਨ। ਉਹਨਾਂ ਇਹ ਵੀ ਕਿਹਾ ਕਿ ਆਪ ਦੀ ਸਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕਰੇਗੀ। ਇੱਕ ਪਰਿਵਾਰ ਦਾ ਫੋਨ ਆਇਆ ਜਿਹਦੇ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਕਿਸੇ ਲੜਕੀ ਨਾਲ, 12 ਸਾਲ ਦੀ ਲੜਕੀ ਆਪਾਂ ਕਹਾਂਗੇ, ਕਿ ਬਹੁਤ ਛੋਟੀ ਏਜ ਦੀ ਜਿਹੜੀ ਕੁੜੀ ਉਹਦੇ ਨਾਲ ਗਲਤ ਹੋਇਆ। ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗੀ ਕਿ ਜਿਹੜੀ ਘਟਨਾ ਹੋਈ ਹੈ ਇੱਕ ਲੜਕੀ ਦੇ ਘਰ ਦੇ ਵਿੱਚ ਹੋਈ ਹੈ। ਨਸ਼ੇ ਦੀਆਂ ਗੋਲੀਆਂ ਦੇ ਕੇ ਉਹਦੇ ਨਾਲ ਇਸ ਗਲਤ ਕੰਮ ਨੂੰ ਅੰਜਾਮ ਦਿੱਤਾ ਗਿਆ। ਸਭ ਤੋਂ ਪਹਿਲੇ ਤਾਂ ਮੈਂ ਇਹੀ ਕਹਾਂਗੀ ਕਿ ਜਿਹੜੀ ਲੜਕੀਆਂ ਨੇ ਨਾ ਤਾਂ ਮਤਲਬ ਚਲਦੇ ਰਾਹ ਚਲਦੇ ਸੁਰੱਖਿਅਤ ਹੈਗੀਆਂ ਅਤੇ ਨਾ ਹੀ ਆਪਣੇ ਘਰ ਸੁਰੱਖਿਅਤ ਹੈਗੀਆਂ। ਔਰ ਜੋ ਇਹ ਘਟਨਾ ਮੇਰੇ ਸਾਹਮਣੇ ਆਈ, ਅਸੀਂ ਨਾਲ ਦੀ ਨਾਲ ਹੀ ਪੀੜਿਤ ਪਰਿਵਾਰ ਕੋਲ ਅਸੀਂ ਪਹੁੰਚ ਗਏ ਹਾਂ। ਔਰ ਮੇਰੇ ਵੱਲੋਂ ਜੋ ਵੀ ਕਾਰਵਾਈ ਹੈ, ਜਿਵੇਂ ਕਿ ਮੈਡੀਕਲ ਕਰਵਾਉਣਾ ਜਾਂ ਪੁਲਿਸ ਪ੍ਰਸ਼ਾਸਨ ਤੋਂ ਜਿਸ ਤਰ੍ਹਾਂ ਦੀ ਵੀ ਸਹਾਇਤਾ ਦੀ ਜ਼ਰੂਰਤ ਹੈ, ਤਾਂ ਅਸੀਂ ਪੀੜਿਤ ਪਰਿਵਾਰ ਦੇ ਨਾਲ ਖੜ੍ਹੇ ਹਾਂ। ਔਰ ਜਿਸ ਤਰ੍ਹਾਂ ਵੀ ਜੋ ਵੀ ਇਹਦੀ ਬਣਤੀ ਕਾਰਵਾਈ ਹੋਏਗੀ, ਜੋ ਵੀ ਪਰਿਵਾਰ ਨੂੰ ਨਿਆਂ ਦੀ ਜ਼ਰੂਰਤ ਹੋਏਗੀ, ਤਾਂ ਸਾਡੀ ਪੂਰੀ ਟੀਮ, ਆਮ ਆਦਮੀ ਪਾਰਟੀ ਦੀ ਪੂਰੀ ਟੀਮ ਅਸੀਂ ਨਾਲ ਖੜ੍ਹੇ ਹਾਂ। ਔਰ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਇਸ ਜਿਹੜੇ ਮਾਮਲੇ ਨੂੰ ਸੁਲਝਾਇਆ ਜਾਏ, ਔਰ ਜੋ ਮਤਲਬ ਪਾਰਟੀ ਨੇ ਇਹ ਚੀਜ਼ ਕੀਤੀ ਹੈ, ਜੋ ਪਰਸਨ ਗਲਤ ਹੈ, ਉਹਨਾਂ ਨੂੰ ਸਜ਼ਾ ਵੀ ਜ਼ਰੂਰ ਦਿੱਤੀ ਜਾਏ। ਔਰ ਜਿੱਥੇ ਤੱਕ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਦਿਨ ਬ ਦਿਨ ਸਾਹਮਣੇ ਆ ਰਹੇ ਨੇ, ਔਰ ਜੋ ਸਾਡੀ ਸਰਕਾਰ ਹੈ, ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ, ਉਹ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਨੂੰ ਬਰਦਾਸ਼ਤ ਨਹੀਂ ਕਰੇਗੀ, ਔਰ ਇਸ ਤਰ੍ਹਾਂ ਦੇ ਮਾਮਲੇ ਦੇ ਖਿਲਾਫ ਹੀ ਸਾਡੀ ਪਾਰਟੀ ਹਮੇਸ਼ਾ ਖੜੀ ਰਹੇਗੀ। ਅਗਰ ਆਪਣੀ ਗੱਲ ਕਰਾਂ ਤਾਂ ਇੱਕ ਆਮ ਆਦਮੀ ਪਾਰਟੀ ਦੀ ਸਦੱਸਿਆ ਵੀ ਹਾਂ ਮੈਂ, ਔਰ ਇੱਕ ਕਾਰਿਆਕਰਤਾ ਹੋਣ ਦੇ ਨਾਤੇ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਪੀੜਿਤ ਪਰਿਵਾਰ ਦੇ ਨਾਲ ਖੜੀ ਹਾਂ। ਔਰ ਇਸੇ ਤਰ੍ਹਾਂ ਹੀ ਸਾਡੀ ਜਿੰਨੇ ਵੀ ਸਾਡੀ ਟੀਮ ਹੈ ਆਮ ਆਦਮੀ ਪਾਰਟੀ ਦੀ, ਭਾਵੇਂ ਸਾਡੇ MLA ਸਰ ਨਰਿੰਦਰਪਾਲ ਸਵਨਾ ਜੀ ਨੇ, ਜਿਨ੍ਹਾਂ ਨੂੰ ਵੀ ਜਦੋਂ ਪਤਾ ਲੱਗਦਾ ਉਹ ਕਦੀ ਵੀ ਜਿਹੜੇ ਇਹੋ ਜਿਹੇ ਦੋਸ਼ੀ ਨੇ ਉਹਨਾਂ ਦਾ ਸਾਥ ਹੀ ਦੇਣਗੇ। ਅਸੀਂ ਹਮੇਸ਼ਾ ਉਹਨਾਂ ਦੇ ਖਿਲਾਫ ਹੀ ਖੜੇ ਰਹਾਂਗੇ, ਕਿਉਂਕਿ ਸਮਾਜ ਵਿੱਚ ਜਿਹੜੀ ਔਰਤਾਂ ਦੀ ਸੁਰੱਖਿਆ ਹੈ ਉਹ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਪੀੜਿਤ ਦੇ ਨਾਲ ਖੜੇ ਹਾਂ ਅਸੀਂ, ਉਹਨਾਂ ਦੇ ਸਾਫ ਦਿਵਾਨ ਵਾਸਤੇ ਉਹਨਾਂ ਦੇ ਨਾਲ ਅਸੀਂ ਖੜੇ ਹਾਂ, ਸਾਡੀ ਪੂਰੀ ਟੀਮ ਉਹਨਾਂ ਦੇ ਨਾਲ ਖੜੀ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।